ਸਤਿ ਸ੍ਰੀ ਅਕਾਲ ਰੂਪ ਦੀ ਦੁਨੀਆ ਦੇ ਸਾਰੇ ਹੀ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਮੈਂ ਤੁਹਾਡੇ ਸਾਹਮਣੇ ਜਸਵੰਤ ਸਿੰਘ ਕਵਲਹੋਰਾਂ ਦੀ ਰਚਨਾ ਸੱਚ ਨੂੰ ਫਾਂਸੀ ਦਾ ਭਾਗ 12ਵਾਂ ਲੈ ਕੇ ਹਾਜ਼ਰ ਹੋਈਆਂ ਆਓ ਸ਼ੁਰੂ ਕਰੀਏ ਸ਼ਿਸ਼ਣ ਜੱਜ ਦੀ ਕਚਹਿਰੀ ਵਿੱਚ ਅੱਜ ਕਾਫੀ ਤੋਬਦ ਭੀੜ ਸੀ ਮਾਤਾ ਵਿਸ਼ਨ ਕੋਰ ਪੁੱਤਰ ਦਾ ਮੂੰਹ ਦੂਰੋਂ ਤਰਸ ਦੀ ਹਸਰਤ ਨਾਲ ਵੇਖ ਰਹੀ ਸੀ ਬੱਚੇ ਹਜ਼ਾਰ ਸਤਕਾਰ ਵਾਣ ਹੋ ਕੇ ਵੀ ਦਿਲ ਦੀ ਕੋਮਲਤਾ ਨਹੀਂ ਜਾਣ ਸਕਦੇ ਵੇਲ ਫੁੱਲਾਂ ਬਿਨਾ ਬੇਜ਼ਾਨ ਹਰੀਆਵਲ ਦਾ ਢੇਰ ਹੈ ਤੇ ਮਾਤਾ ਬੱਚਿਆਂ ਬਿਨਾ ਰੂਹੀਨ ਜਿਸਮ ਆਪਣੀ ਸਾਰੀ ਜ਼ਿੰਦਗੀ ਲਾ ਕੇ ਵੀ ਮਾਤਾ ਪੁੱਤਰ ਦੀ ਪੂਰਨ ਕਾਮਯਾਬੀ ਲੋੜਦੀ ਹੈ। ਬਿਸ਼ਨਕੋਰ ਨੇ ਦੋ ਵਕੀਲ ਕੀਤੇ ਸਨ ਪੁੱਤਰ ਦੀ ਸਲਾਮਤੀ ਲਈ। ਜੋ ਕੁਝ ਕਿਸੇ ਮੰਗਿਆ ਬਿਨਾਂ ਚੀਜਕ ਤੇ ਨਾਂ ਨੁੱਕਰ ਦੇ ਦਿੱਤਾ। ਕੀ ਕਿਵੇਂ ਕਵਰ ਬਰੀ ਹੋ ਸਕੇ। ਉਸਨੇ 2000 ਰੁਪਇਆ ਇੱਕ ਆਦਮੀ ਨੂੰ ਜੱਜ ਨੂੰ ਵੱਡੀ ਦੇਣ ਲਈ ਦਿੱਤਾ। ਜਿਹੜਾ ਕਈ ਮਨ ਚਲਿਆਂ ਰਲ ਕੇ ਰਾਹ ਵਿੱਚ ਹੀ ਹੜਪ ਕਰ ਲਿਆ। ਅਜਿਹੇ ਮੋਕਿਆਂ ਵਿੱਚ ਵਿਚਲੇ ਚਾਲਬਾਜ਼ਾਂ ਨੂੰ ਵੀ ਕਮਾਉਣ ਦਾ ਢੰਗ ਹੱਥ ਆ ਜਾਂਦਾ ਹੈ ਸਾਡੇ ਦੇਸ਼ ਵਿੱਚ ਹਰ ਗੁਨਾਹ ਜਾਇਜ਼ ਸਮਝਿਆ ਜਾਂਦਾ ਹੈ ਕਿਉਂਕਿ ਉਹਨਾਂ ਦੀ ਨਜ਼ਰ ਵਿੱਚ ਉਹੀ ਚੀਜ਼ ਗੁਨਾਹ ਹੈ ਜੋ ਮੰਨ ਲਈ ਜਾਵੇ ਹਰ ਤਰ੍ਹਾਂ ਦੀ ਕਮੀਨੀ ਹਰਕਤ ਨੂੰ ਵੀ ਉਹ ਆਪਣੀ ਤਜਾਰਤ ਸਮਝਦੇ ਹਨ ਹਰ ਵਪਾਰੀ ਦਾ ਪੁੰਨ ਪਾਪ ਨੂੰ ਸੋਚਣਾ ਉਸ ਲਈ অতি ਘਾਟੇ ਦਾ ਕਾਰਨ ਹੈ ਸਰਕਾਰੀ ਵਕੀਲ ਬੁੱੜ ਤੇ ਅਮਲੀ ਨੂੰ ਮੁਰਮੁਰ ਕੁਝ ਸਮਝਾ ਰਿਹਾ ਸੀ ਆਮ ਤੌਰ ਤੇ ਦੇਸੀ ਗਵਾਹ ਤਾਂ ਹੋਰ ਆਦਮੀ ਉਹ ਕੁਝ ਅੰਦਰ ਕੋਰਟ ਵਿੱਚ ਜਾ ਕੇ ਆਖਦੇ ਹਨ ਜੋ ਕੁਝ ਉਹਨਾਂ ਨੂੰ ਬਾਹਰ ਫਕੀਲਾਂ ਦਾ ਸਿਖਾਇਆ ਹੁੰਦਾ ਹੈ ਇਹ ਮੰਨੀ ਪਰ ਮੰਨੀ ਗੱਲ ਹੈ ਕਿ ਇਹ ਵਕੀਲ ਹਰ ਮੁਕਦਮੇ ਦੇ ਅਸਲੀਅਤ ਢਾਕੇ ਹੋਰ ਟਾਂਚਾ ਤਿਆਰ ਕਰਦੇ ਹਨ ਸੱਚੇ ਆਦਮੀਆਂ ਨੂੰ ਵੀ ਇਹ ਮਜਬੂਰਨ ਝੂਠ ਬੋਲਣਾ ਸਿਖਾ ਦਿੰਦੇ ਹਨ ਝੂਠ ਤੇ ਕਾਨੂੰਨ ਦੀ ਮਿਸ ਹੀ ਇੱਕ ਵਕੀਲ ਦੀ ਸ਼ੋਹਰਤ ਹੁੰਦੀ ਹੈ ਜਿਸ ਨੂੰ ਆਏ ਦਿਨ ਉਹ ਤਿੱਖੀ ਤੇ ਜ਼ਿਆਦਾ ਕਰਦੇ ਰਹਿੰਦੇ ਹਨ ਕਵਰ ਤੇ ਘੇਰੂ ਨੂੰ ਸਿਪਾਈ ਹੱਥਕੜੀਆਂ ਸਮੇਤ ਲੈ ਆਏ ਸਨ ਉਹਨਾਂ ਨੂੰ ਹੀ ਅੰਦਰ ਆਵਾਜ਼ ਪੈ ਗਈ ਸੀ ਕਵਰ ਹਵਾਲਾਤ ਵਿੱਚ ਰਹਿ ਕੇ ਪੀਲਾ ਤੇ ਮਾੜਾ ਹੋ ਗਿਆ ਸੀ ਉਹ ਇਹਨਾਂ ਦਿਨਾਂ ਵਿੱਚ ਸੋਚਦਾ ਹੀ ਬਹੁਤ ਰਹਿੰਦਾ ਸੀ ਸੋਚ ਮਨੁੱਖ ਦੀ ਸਿਹਤ ਨੂੰ ਇਨਫਲੂਐਂਜ਼ ਵਾਂਗ ਹਮਲਾ ਕਰਦੀ ਹੈ ਜਿਸ ਦਿਨ ਤੋਂ ਉਹ ਮਿੰਟ ਗੁਮਰੀ ਜੇਲ੍ਹ ਵਿੱਚ ਆਇਆ ਸੀ ਬੜਾ ਚਿੰਤਾਤਰ ਰਹਿੰਦਾ ਸੀ ਉਹ ਨਹੀਂ ਸੀ ਜਾਣਦਾ ਇਹ ਮੁਕਦਮਾ ਕਿਵੇਂ ਮੁੱਕੇਗਾ ਉਸ ਨੂੰ ਯਕੀਨ ਹੋ ਗਿਆ ਸੀ ਕਿ ਇੱਥੇ ਸੱਚਾਈ ਦਾ ਕੋਈ ਮੁੱਲ ਨਹੀਂ ਪੈਣਾ ਜਿੰਨਾ ਕੋਈ ਰੱਜ ਕੇ ਝੂਠ ਬੋਲੇਗਾ ਓਨੀ ਬਹੁਤੀ ਬਹਾਦਰੀ ਤੇ ਸ਼ਾਬਾਸ਼ ਲੈ ਜਾਵੇਗਾ ਸਭ ਤੋਂ ਬਹੁਤਾ ਫਿਕਰ ਉਸ ਨੂੰ ਬਿਰਦ ਮਾਤਾ ਦਾ ਸੀ ਪਹਿਲੋਂ ਘੇਰੂ ਦੇ ਬਿਆਨ ਲਏ ਗਏ ਉਸ ਬਿਲਕੁਲ ਉਹੀ ਕੁਝ ਕਿਹਾ ਜੋ ਪਿੱਛੇ ਕਹਿ ਆਇਆ ਸੀ ਮੈਂ ਕਵਰ ਨਾਲ ਪਿਆਰ ਕਰਨ ਲਈ ਮਜਬੂਰ ਹਾਂ ਸਰਵਨ ਹੋਰਾ ਨਾਲ ਮੰਗੀ ਪਹਿਲਾਂ ਤੋਂ ਲੱਗਦੀ ਹੈ ਮੈਨੂੰ ਉਸਕਾ ਪਤਾ ਨਹੀਂ ਕਤਲ ਕਿਵੇਂ ਹੋਇਆ ਕਵਰ ਆਦਮੀ ਰੂਪ ਵਿੱਚ ਦੇਵਤਾ ਹੈ ਮੇਰਾ ਨਾਂ ਦੁਸ਼ਮਣੀ ਵੱਜੋਂ ਤੇ ਕਵਰ ਦਾ ਈਰਖਾ ਹੇਠ ਲਿਖਵਾਏ ਗਏ ਹਨ ਜਦ ਕਵਰ ਦੀ ਵਾਰੀ ਆਈ ਸਾਰੇ ਚਕੰਨੇ ਹੋ ਗਏ ਕਵਰ ਨੂੰ ਸਹੀ ਬਿਆਨ ਦੇਣ ਲਈ ਸੌਖਾਨ ਨੂੰ ਕਿਹਾ ਗਿਆ ਕਵਰ ਨੇ بڑے ਠਰਮੇ ਨਾਲ ਉੱਤਰ ਦਿੱਤਾ ਸੱਚ ਸਭ ਤੋਂ ਬਹੁਤਾ ਬਦਨਾਮ ਹੁੰਦਾ ਏ ਮੈਂ ਇੱਥੇ ਹੀ ਵੇਖਿਆ ਹੈ ਸੋਖਾਂ ਦੀ ਲੋੜ ਨਹੀਂ ਮੈਂ ਜੋ ਕੁਝ ਕਹਾਂਗਾ ਸਹੀ ਹੀ ਕਹਾਂਗਾ ਸਰਕਾਰੀ ਵਕੀਲ ਫਿਰ ਬੋਲਿਆ ਇਹ ਤੇਰੇ ਘਰ ਦਾ ਕਾਨੂੰਨ ਨਹੀਂ ਜਿਸ ਨੂੰ ਤੂੰ ਮਰੋੜ ਲਵੇਂਗਾ ਕਿ ਸੋਹ ਖਾ ਕੇ ਸਾਰੇ ਹੀ ਸੱਚ ਕਹਿੰਦੇ ਹਨ ਮੇਰਾ ਯਕੀਨ ਹੈ ਕਿ ਸੱਚ ਇੱਥੇ ਆ ਕੇ ਹਰ ਆਦਮੀ ਤੋਂ ਵੱਖ ਹੋ ਜਾਂਦਾ ਹੈ ਪਰ ਮੈਂ ਤੁਹਾਡੇ ਕਾਨੂੰਨ ਦੀ ਪੂਰਤੀ ਲਈ ਸੌਖਾ ਲੈਂਦਾ ਹਾਂ ਜੋ ਕੁਝ ਵੀ ਤੁਸੀਂ ਆਪਣੀ ਸਪਾਈ ਚ ਕਹਿਣਾ ਚਾਹੁੰਦੇ ਹੋ ਕਹੋ ਸਰਕਾਰੀ ਵਕੀਲ ਨੇ ਆਖਿਆ ਕਵਰ ਨੇ ਬਿਆਨ ਦੇਣੇ ਸ਼ੁਰੂ ਕੀਤੇ ਮੈਂ ਲੰਮਾ ਚੋੜਾ ਊਠ ਪਟਾੰਗ ਕੁਝ ਨਹੀਂ ਮਾਰਨਾ ਚਾਹੁੰਦਾ ਸਰਦਾਰ ਕਿਸ਼ਨ ਸਿੰਘ ਮੇਰੇ ਦੋਸਤ ਸਨ ਫਿਰ ਮੇਰੇ ਰਿਸ਼ਤੇਦਾਰ ਦੀ ਹੈਸियत ਵਿੱਚ ਪ੍ਰੀਆ ਪਿਤਾ ਬਣੇ ਹੋਏ ਸਨ ਕੋਈ ਭਗਤ ਆਪਣੇ ਭਗਵਾਨ ਦਾ ਵਿਰੋਧੀ ਨਹੀਂ ਹੋ ਸਕਦਾ ਪਿੰਡ ਵਿੱਚ ਲੜਾਈ ਫਸਾਦ ਬੜੇ ਰਹਿੰਦੇ ਸਨ ਮੈਂ ਉਹਨਾਂ ਸਾਰਿਆਂ ਨੂੰ ਦਫਾ ਕਰਨਾ ਚਾਹਿਆ ਤੇ ਸੱਚ ਦੀ ਪੈਰਵੀ ਕੀਤੀ ਸਰਦਾਰ ਦਾ ਕਿਸੇ ਨਾਲ ਵੀ ਕੋਈ ਸ਼ਰੀਕਾ ਨਹੀਂ ਸੀ ਇਹ ਕਤਲ ਸਰਵਨ ਦੇ ਦੁਸ਼ਮਣਾਂ ਵੀ ਨਹੀਂ ਕੀਤਾ ਉਹ ਜ਼ਰੂਰ ਫਸਾਦ ਦੀ ਜੜ ਸਰਵਨ ਨੂੰ ਕਤਲ ਕਰਦੇ ਜੇ ਉਹਨਾਂ ਕਤਲ ਹੀ ਕਰਨਾ ਹੁੰਦਾ ਇਹ ਕਤਲ ਸਰਵਨ ਤੋਂ ਆਪ ਪੁਲੇਖੇ ਵਿੱਚ ਹੋਇਆ ਅਸਲ ਕਤਲ ਉਸ ਰਾਤ ਮੇਰਾ ਹੋਣਾ ਸੀ ਸਰਕਾਰੀ ਵਕੀਲ ਵਿੱਚੋਂ ਹੀ ਬੋਲਿਆ ਜਦ ਤੂੰ ਸਰਵਨ ਹੋਰਾਂ ਦਾ ਰਿਸ਼ਤੇਦਾਰ ਸੀ ਅਤੇ ਪਿੰਡ ਦਾ ਹਰਮਨ ਪਿਆਰਾ ਸੀ ਫਿਰ ਸਰਵਨ ਨੇ ਤੈਨੂੰ ਕਤਲ ਕਰਨ ਦਾ ਕਿਉਂ ਇਰਾਦਾ ਕੀਤਾ ਇਸ ਦੀ ਵਜ੍ਹਾ ਮੈਂ ਦੱਸਦਾ ਹਾਂ ਪਹਿਲੇ ਦਲੀਪ ਦੇ ਰਿਸ਼ਤੇ ਵਿੱਚ ਇਸ ਦੀ ਕਰੜੀ ਵਿਰੋਧਤਾ ਸੀ ਦੂਜਾ ਮੇਰਾ ਮਲਵਈ ਹਾਇਸियत ਵਿੱਚ ਬੁਰੇ ਹੋਣਾ ਤੀਜਾ ਮੇਰੀ ਘੇਰੂ ਨਾਲ ਵੀ ਮਿੱਤਰਤਾ ਚੌਥਾ ਸਰਵਣ ਦੇ ਕਹੇ ਤੇ ਮੇਰੇ ਸੱਟਾਂ ਵੱਜਣ ਵੇਲੇ ਘੇਰੂ ਤੇ ਮੇਰੂ ਤੇ ਮੇਰਾ ਦਾਵਾ ਨਾ ਕਰਨਾ ਜੋ ਕੁਝ ਕਿਹਾ ਗਿਆ ਸੀ ਉਹ ਸਭ ਕੁਝ ਜੱਜ ਦੀ ਤੇਜ਼ ਕਲਮ ਲਿਖੀ ਜਾ ਰਹੀ ਸੀ ਜਿਸ ਵਿੱਚ ਜ਼ਿੰਦਗੀ ਤੇ ਮੌਤ ਦੀਆਂ ਪ੍ਰਭਾਵਕ ਅੰਸ਼ਾਂ ਮਿਲੀਆਂ ਹੋਈਆਂ ਸਨ ਜੱਜ ਖਾਮੋਸ਼ ਸੋਚੀ ਜਾ ਰਿਹਾ ਸੀ ਸੋਚਿਆ ਜਾਂਦਾ ਹੀ ਖਮੋਸ਼ੀ ਵਿੱਚ ਹੈ ਉਸ ਨੂੰ ਹਾਲੇ ਤੱਕ ਇੱਕ ਤਕੜੀ ਗੁੰਜਲ ਦਾ ਥੂ ਪਤਾ ਨਹੀਂ ਸੀ ਲੱਗਾ ਭਾਵੇਂ ਨਿਤ ਨਵੇਂ ਤੇ ਅਜੀਬ ਕੇਸ ਉਹ ਪਕਟਾਉਂਦਾ ਸੀ ਪਰ ਉਸ ਲਈ ਵੀ ਇਹ ਇੱਕ ਨਵੀਂ ਅਡਾਉਣੀ ਸੀ ਫਿਰ ਗਵਾਹਾਂ ਦੀ ਵਾਰੀ ਆਈ ਗਵਾ ਆਮ ਤੌਰ ਤੇ ਮੁਕਦਮੇ ਦੇ ਆਦ ਵਿੱਚ ਹੁੰਦੇ ਹਨ ਪਰ ਇੱਥੇ ਇਹਨਾਂ ਦੀ ਵਾਰੀ ਪਿੱਛੋਂ ਆਈ ਇਹ ਕੇਵਲ ਸਰਕਾਰੀ ਵਕੀਲ ਦੀ ਮਿਹਰਬਾਨੀ ਸਦਕਾ ਹੈ ਸਾਡੇ ਦੇਸ਼ ਵਿੱਚ ਰੁਪਿਆ ਕਾਨੂੰਨ ਨੂੰ ਅਗਾ ਪਛਾ ਕਰ ਸਕਦਾ ਹੈ ਪਹਿਲੋਂ ਬੁੱਢ ਆਪਣੇ ਧਰਮ ਇਮਾਨ ਨੂੰ ਜਾਣਦਾ ਹੋਇਆ ਆਖਣ ਲੱਗਾ ਉਸ ਦਿਨ ਮੈਂ ਲਾਉਣੀਓ ਆਇਸੀ ਗਾਂ ਭੁੱਖੀ ਹੋਣ ਕਰਕੇ ਮੈਂ ਚਾਇਆ ਜੋ ਛੇਤੀ ਨਾਲ ਹਨੇਰਾ ਹੋਣ ਤੋਂ ਅੱਗੋਂ ਅੱਗੋਂ ਚਾਰਾ ਵੱਢ ਲਿਆਵਾ ਮੇਰਾ ਕਾਲੀ ਕਰਨ ਤੇ ਵੀ ਥੋੜਾ ਹਨੇਰਾ ਹੋ ਹੀ ਗਿਆ ਜਦੋਂ ਮੈਂ ਪਿੰਡ ਤੋਂ ਦੋ ਕੂ ਫਰਲਾਂਗ ਤੇ ਸਾਂ ਤੇ ਮੈਂ ਗੋਲੀ ਦੀ ਆਵਾਜ਼ ਸੁਣੀ ਜਿਹੜੀ ਮੇਥੋਂ ਥੋੜੀ ਦੂਰ ਹੀ ਚੱਲੀ ਸੀ ਮੈਂ ਸਮਝਿਆ ਮੇਰੇ ਸ਼ਰੀਕੇ ਵਾਲੇ ਹੀ ਆ ਗਏ ਮੈਂ ਛੇਤੀ ਨਾਲ ਪੰਡ ਸੁੱਟ ਦਿੱਤੀ ਖੇਤਕੂ ਦੀ ਵਿਵਥ ਤੇ ਸਰਦਾਰ ਜੀ ਡਿੱਗੇ ਪਏ ਸਨ ਕਵਰ ਤੇ ਕੇਰੂ ਦੋਵੇਂ ਬਾਹਰ ਨੂੰ ਭੱਜ ਨਿਕਲੇ ਪਰ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਪਛਾਣ ਲਿਆ ਸੀ ਸਰਦਾਰ ਜੀ ਮੇਰੇ ਕੋਲ ਜਾਣ ਤੋਂ ਅੱਗੋਂ ਹੀ ਮਰ ਚੁੱਕੇ ਸਨ ਮੈਂ ਤੇ ਸਰਕਾਰ ਇਹ ਕੁਝ ਵੇਖਿਆ ਹੈ ਗਵਾਹਾਂ ਦਾ ਹਰ ਬੋਲ ਕੀਮਤੀ ਜਾਣ ਕੇ ਲਿਖਿਆ ਜਾਂਦਾ ਹੈ ਮੁਕਦਮਾ ਹੀ ਗਵਾਹਾਂ ਦੇ ਸਿਰ ਤੇ ਹੁੰਦਾ ਹੈ ਹੁਣ ਅਮਲੀ ਦੀ ਵਾਰੀ ਆਈ ਉਸ ਦਾ ਬੋਲ ਪਾਰਾ ਸੀ ਅੱਜ ਉਸ ਦੀ ਅਫੀਮ ਮਿਕਦਾਰ ਤੋਂ ਬਹੁਤੀ ਖਾਦੀ ਹੋਈ ਦਿਸਦੀ ਸੀ ਸਰਕਾਰ ਮੈਂ ਗਰੀਬ ਆਦਮੀ ਹਾਂ ਮੇਰਾ ਕਿਸੇ ਪਾਸੇ ਵੀ ਛੁਟਕਾਰਾ ਨਹੀਂ ਹੁੰਦਾ ਮੈਂ ਕੁਝ ਨਹੀਂ ਕਹਿ ਸਕਦਾ ਮੈਨੂੰ ਇਨ੍ਹਾਂ ਦੋਹਾਂ ਤਿਰਾਂ ਤੋਂ ਡਰ ਲੱਗਦਾ ਹੈ ਬੱਚਿਆਂ ਵਾਲਿਆ ਸੱਚ ਆਖਣਾ ਬੜਾ ਔਖਾ ਹੈ। ਅਮਲੀ ਨੇ ਹੱਥ ਬੰਨ ਲਏ ਅਤੇ ਸਰਕਾਰੀ ਵਕੀਲ ਉਸ ਨੂੰ ਆਖਣ ਲੱਗਿਆ। ਇਉਂ ਕਿਸ ਦੀ ਮਜਾਲ ਹੈ ਜੋ ਤੈਨੂੰ ਕੁਝ ਕਹੇ। ਤੂੰ ਸੱਚ-ਸੱਚ ਆਖ ਜੋ ਅੱਖੀ ਵੇਖਿਆ ਹੈ। ਵੇਖੀ ਝੂਠ ਨਾ ਬੋਲੀ। ਬੱਚਿਆਂ ਵਾਲਿਆ ਅੱਗੋਂ ਅਮਲੀ ਆਦਮੀ ਹਾਂ ਜੱਟ ਮਾਰ-ਮਾਰ ਹੱਡ ਤੋੜ ਸੁੱਟਣਗੇ। ਫਿਰ ਜੁੜਨੇ ਵੀ ਨਹੀਂ ਸ਼ਿਸ਼ਨ ਜੱਜ ਵੀ ਦੂਜੀਆਂ ਸਾਰਿਆਂ ਦੇ ਨਾਲ ਹੱਸ ਪਿਆ ਵਕੀਲ ਨੇ ਮੁੜ ਉਸ ਨੂੰ ਕਿਹਾ ਗਵਰਨਮੈਂਟ ਕਾਦੇ ਵਾਸਤੇ ਬਣੀ ਹੈ ਜੇ ਕੋਈ ਮਾੜੇ ਨੂੰ ਹੀ ਤੰਗ ਕਰੇ ਤੂੰ ਨਿਦ ਤੜਕ ਸੱਚੇ ਬਿਆਨ ਦੇ ਅੱਛਾ ਜਨਾਬ ਤੁਹਾਡੀ ਮਿਹਰਬਾਨੀ ਫਿਰ ਗੱਲ ਤਾਂ ਅਸਲੀ ਇਹ ਹੈ ਜੋ ਮੈਂ ਸੁਚੇਤੇ ਚੱਲਿਆ ਸਾਂ ਅਜੇ ਪਿੰਡ ਬਾਹਰ ਹੀ ਨਿਕਲਿਆ ਸੀ ਕਿ ਕਵਰ ਤੇ ਕੇਰੂ ਨੇ ਗੋਲੀ ਚਲਾ ਦਿੱਤੀ ਕੇਰੂ ਕੋਲ ਸੈਲਾ ਸੀ ਜੀ ਸਰਕਾਰ ਰਸਾਲਦਾਰ ਦਾੜ ਦੇ ਕੇ ਡਿੱਗ ਪਿਆ ਅਤੇ ਇਹ ਭੱਜ ਗਏ ਗੱਲ ਅਸਲੋਂ ਇਹ ਹੈ ਇਸ ਤੋਂ ਪਿੱਛੋਂ ਕਵਰ ਹੋਰਾਂ ਦੇ ਵਕੀਲ ਨੇ ਜਿਰਾ ਕਰਨ ਲਈ ਆਗਿਆ ਲਈ ਜੱਜ ਨੇ ਉਸ ਨੂੰ ਇਜਾਜ਼ਤ ਦੇ ਦਿੱਤੀ ਉਸ ਗਵਾਹਾਂ ਤੇ ਸਵਾਲ ਕਰਨੇ ਆਰੰਭ ਦਿੱਤੇ ਬੂੜ ਹਨੇਰਾ ਕਿੰਨਾ ਕੋ ਹੋਇਆ ਸੀ ਨਾ ਬੋਤਾ ਨਾ ਥੋੜਾ ਬੁੱਢ ਨੇ ਉੱਤਰ ਦਿੱਤਾ ਤੂੰ ਹਨੇਰੇ ਵਿੱਚ ਕਿਵੇਂ ਜਾਣਿਆ ਜੋ ਇਹ ਕਵਰ ਤੇ ਘੇਰੂ ਹਨ ਮੈਂ ਕਿਹੜਾ ਬੇਗਾਨੇ ਪਿੰਡ ਦਾ ਰਾਂ ਇਹਨਾਂ ਦੀ ਤਾਂ ਮੈਂ ਚਾਲ ਹੀ ਪਛਾਣ ਲੈਂਦਾ ਹਾਂ ਜਦੋਂ ਘੇਰੂ ਤੁਰਦਾ ਹੈ ਇਸਦੇ ਪੈਰਾਂ ਦੇ ਪਟਾਕੇ ਪੈਂਦੇ ਹਨ ਕਵਰ ਅਜਿਹਾ ਲੇੜੇ ਪਾਉਂਦਾ ਹੈ ਜੋ ਸਾਰੇ ਪਿੰਡ ਚੋਂ ਨਿਆਰਾ ਹੀ ਦਿਸਦਾ ਹੈ ਵਕੀਲ ਅਮਲੀ ਕਪੂਰੇ ਤੋਂ ਪੁੱਛਣ ਲੱਗਾ ਅਮਲੀਆ ਘੇਰੂ ਕੋਲ ਕੀ ਸੀ ਅਤੇ ਕਵਰ ਕੋਲ ਕੀ ਸੀ ਜਿਸ ਸੇਲਾ ਤਾਂ ਸੀ ਘੇਰੂ ਕੋਲ ਬੰਦੂਕ ਦਨਾਲੀ ਆਹੀ ਕਵਰ ਕੋਲ ਉਸ ਮੋਢੇ ਨਾਲ ਲਾ ਕੇ ਛੱਡ ਦਿੱਤੀ ਘੇਰੂ ਦਾ ਤਾਂ ਪਹਿਲਾਂ ਦਾ ਸ਼ਰੀਕਾ ਸੀ ਕਵਰ ਨੇ ਸਰਦਾਰ ਨੂੰ ਇਉਂ ਕਿਉਂ ਮਾਰਿਆ ਜਿਸ ਸਰਦਾਰ ਨੇ ਦਲੀਪ ਦਾ ਸਾਕ ਵਾਪਸ ਲੈ ਲਿਆ ਸੀ ਇਸ ਗੱਲ ਦੀ ਕਵਰ ਜਿੱਦ ਹੋ ਗਈ ਕਵਰ ਦਾ ਤਾਂ ਵਿਆਹ ਰਖਿਆ ਹੋਇਆ ਸੀ ਜੀ ਝੂਠ ਦੇ ਕਿਹੜਾ ਪੈਰ ਹੁੰਦੇ ਹਨ ਪਹਿਲੋਂ ਸਰਦਾਰ ਨੇ ਦਲੀਪ ਦਾ ਸਾਥ ਦਿੱਤਾ ਫਿਰ ਨਾ ਕਿਉਂ ਕੀਤੀ ਸਰਕਾਰ ਕਵਰ ਰੱਬ ਤੋਂ ਮੁਨਕਰ ਤੇ ਕੋਈ ਬੇਜਬਾਂ ਜਿਹੜਾ ਸਮਝਿਆ ਜਾਂਦਾ ਸੀ ਜੱਜ ਨੇ ਬਹਿਸ ਖਤਮ ਕਰ ਦਿੱਤੀ ਅੱਗੇ ਕਿਸੇ ਨੂੰ ਨਾ ਬੋਲਣ ਦਿੱਤਾ ਅਤੇ ਆਪਣਾ ਫੈਸਲਾ ਸੁਣਾਇਆ ਖੂਨ ਇੱਕ ਆਦਮੀ ਦੇ ਹੱਥੋਂ ਹੁੰਦਾ ਹੈ ਭਾਵੇਂ ਇਸ ਵਿੱਚ ਦੋ ਜਣੇ ਜ਼ਰੂਰ ਹਨ ਕੇਰੂ ਦੀਆਂ ਹੱਥਖੜੀਆਂ ਖੋਲ ਦਿਓ ਅਤੇ ਕਵਰ ਦੀ ਜਵਾਨੀ ਤੇ ਕੋਟ ਤਰਸ ਖਾਂਦਾ ਇਸ ਨੂੰ 20 ਸਾਲ ਕੈਦ ਕਰਦਾ ਹੈ ਜੱਜ ਇਹ ਸੁਣਾ ਕੇ ਕੋਰਟ ਚੋਂ ਨਿਕਲਿਆ ਅਤੇ ਆਪਣੀ ਕਾਰ ਤੇ ਬੈਠ ਅੱਖੋਂ ਓਲੇ ਹੋ ਗਿਆ ਸਾਰੀ ਕਚੈਰੀ ਵਿੱਚ ਸ਼ਮਸ਼ਾਨ ਭੂਮੀ ਵਰਗੀ ਚੁੱਪ ਵਰਤ ਗਈ ਇਹ ਸੀ ਅੱਜ ਦਾ ਸਾਡਾ ਭਾਗ 12ਵਾਂ ਜੇਕਰ ਇਹੋ ਜੇ ਹੋਰ ਪਾਗ ਸੁਣਨੇ ਹੰਤਾ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ